ਉਸਨੇ ਉਸਨੂੰ ਹੋ ਗਏ ਤੇ ਇੱਕ ਮਹੀਨਾ ਖੇਲਦੇ ਨੇ, ਖੇਲਣ ਵੀ ਵੇ ਲੱਗਿਆ ਥਾ, ਰੋਕਿਆ ਵੀ ਕਰਦੇ ਸਾਰੀ ਵਾਰ ਰੋਕਦੇ ਵੀ ਨਾ ਖੇਲੇ ਉਹ ਨਾ ਖੇਲੇ, ਕਈ ਵਾਰ ਰਾਤ ਨੇ ਉੱਠ ਕੇ ਦੇਖਦੇ, ਕਈ ਵਾਰ 2 ਵਜੇ ਗੇਮ ਮੇ ਖੇਲਦਾ ਪਾਉਂਦਾ ਫਿਰ ਵੀ ਦਰਦੇ। ਔਰ ਉਸ ਦਿਨ ਵੀ 3-4 ਦਿਨ ਹੋ ਗਏ ਮੈਨੂੰ ਗੇਮ ਮੇਰੇ ਫੋਨ ਮੈਂ ਤਾਂ ਕਟਵਾ ਰੱਖਿਆ ਥਾ, ਉਸਨੇ ਤਾਂ ਇਸੀ ਲਤ ਲੱਗ ਗਈ ਉਸ ਪਬਜੀ ਕੀ। ਅਬ ਉਸ ਦਿਨ ਵੀ ਉਸਨੇ ਧੱਕਾ ਕਰਿਆ ਕਿ ਇਸਨੂੰ ਡਾਊਨਲੋਡ ਕਰ ਦਿਉ ਮੈਨੂੰ ਖੇਲਣ ਦੇ ਵਾਲੇ ਲੜਕਾ ਨੇ, ਉਸ ਮੈਂ ਤਾਂ ਮੈਨੇ ਕਟਵਾ ਰੱਖਿਆ ਥਾ ਫੋਨ 'ਤੇ। ਉਸਨੇ ਹਲੇ ਲੜਕਾ ਬੋਲਿਆ ਵੀ ਪਬਜੀ ਤਾਂ ਮੈਂ ਖੇਲਣਾ ਬੇਟਾ, ਔਰ ਕੁਛ ਕਰ ਲਿਆ ਹਲੇ, ਉਹ ਤਾਂ ਗੇਰ ਕੇ ਫੋਨ ਅੰਦਰ ਵੜ ਗਿਆ ਉਸਨੇ ਉਹ ਕੰਮ ਕਰ। ਉਹਨਾਂ ਜੀ ਉਹ ਲਗਾ ਲਈ ਉੱਪਰ ਫਾਂਸੀ ਲਗਾ ਲਈ ਪੰਖਾ, ਉਹਦੀ ਉਸ ਕਮਰਾ ਨਾ ਦੇਖ ਲਈ ਪਬਜੀ ਗੇਮ ਨਾ ਕੀ ਕਰਿਆ ਮੇਰਾ ਤਾਂ ਬੇਟਾ ਕਾ ਔਰ ਮੈਰਾ ਔਰ ਨਾਸ ਗਿਆ। ਗੌਰਮੈਂਟ ਨੇ ਬੰਦ ਕਰਵਾਉਣਾ ਚਾਹੀਏ ਜੀ, ਕਿਤਨੇ ਔਰ ਪਬਜੀ ਪਬਜੀ ਗੇਮ ਕੋ ਉੱਪਰ ਤੋਂ ਮੇਰਾ 17 ਸਾਲ ਕਾ ਬੇਟਾ ਗਾ, ਜੇ ਪਬਜੀ ਗੇਮ ਨਹੀਂ ਖੇਲਦਾ ਤਾਂ ਕਹਿਣ ਮਾਰਾ ਥਾ ਜੀ। ਖੇਲ ਰਹੇ ਹਾਂ ਜੀ, ਮਾਰੀ ਬਸਤੀ ਹਮ ਬੱਚੇ ਅੱਛੇ ਖੇਲ ਰਹੇ ਹੈ, ਹੋਰ ਵੀ ਬੱਚੇ ਉਹਨੇ ਕਿ ਦੋ ਤੋਂ ਨਾ ਸਿੱਖਿਆ ਨਹੀਂ ਤੇ ਪਹਿਲੇ ਖੇਲਿਆ ਕੌਣ ਕਰਦਾ, ਉਹਨੇ ਦੋ ਦੇਖਿਆ ਜੀ ਲੱਤ ਲੱਗੀ ਤਾਂ ਛੁੱਟਦੀ ਨਹੀਂ ਬੱਚਿਆ ਕਿ ਲੱਤ ਲੱਗਿਆ, ਪਾਸਾ ਗੌਰਮੈਂਟ ਨੇ ਇਸ ਪਰ ਰੋਕ ਲਗਾਉਣੀ ਚਾਹੀਏ, ਨਹੀਂ ਹੋਰ ਬੱਚੇ ਵੀ ਕਰਾਂਗੇ ਹੋਰ ਵੀ ਮਰਾਂਗੇ ਬੱਚੇ ਜੀ, ਬੱਚਾ ਕਿਤਨੀ ਲੱਤ ਲੱਗ ਜਾਈਏ ਤਾਂ ਕਰਨ ਇਸ ਪਰ ਰੋਕ ਲਗਾਉਣੀ ਚਾਹੀਏ, ਪ੍ਰਬੰਧ ਕਰਨਾ ਚਾਹੀਏ, ਬੱਚੇ ਹੋਰ ਵੀ ਖੇਲਣ, ਬੱਚੇ ਇਤਨੇ ਘਰ ਵਾਲੇ ਤੋਂ ਸਭ ਕੇ ਮਨਾ ਕਰੇ ਹੈ, ਦੇਖਾਂ ਜੀ ਫਿਰ ਕਰੇ ਹੈ, ਇਹ ਬੱਚੇ ਫਿਰ ਲੁਕਮਾ ਖੇਲੇ ਮੰਨਦੇ ਨਹੀਂ ਬੱਚੇ, ਇਤਨੀ ਲੱਤ ਫੜ ਜਾਏ ਇਸਕੀ।